dia tak mandi. Jadi ada bapak kopi ya. Aquí ya puedo abrir. ¿Puedo abrir el litro aquí? ¿No? ਹਾਂ ਬਾਹਰ ਵਿੱਚ ਆਵੇ ਇੱਧਰ Thank you.
ਬਣੀ ਜਾਂਦਾ ਬਲੌਗ ਦੱਸੋ ਬੈਠੋ ਕਿੱਥੇ ਪਿੱਛੇ ਬੈਠੋ ਚੰਗਾ ਜੀ ਬਾਏ ਸਾਰਿਆਂ ਨੂੰ ਚੱਲੇ ਬੈਠੇ ਕਿਵੇਂ ਹੋ ਉਹਦੀ ਪ੍ਰੋਬਲਮ ਵਧਾਤੀ ਵੈਂਟੀਲੇਟਰ ਏਸੀ ਭਰਾ ਹਵਾ ਹੋ ਗਈ ਹੋਈ
ਪਰਵਾਹੀ ਨਹੀਂ ਪਤਾ ਨਹੀਂ ਲੱਗਾ ਯਾਰ। ਲਓ ਵੀ ਮਿੱਤਰੋ ਆਪਾਂ ਅੱਜ ਚੱਲੇ ਹਾਂ ਦਿੱਲੀ। ਮੁੰਡੇ ਨੇ ਜਾਣਾ ਹੈਗਾ, ਉਹ ਆ ਗਿਆ ਮੁੰਡਾ ਜਿਹਨੇ ਜਾਣਾ ਹੈਗਾ। ਆਹ ਵੇਖੋ ਮਿਲੋ ਜਾਣ ਵਾਲੇ ਬਿੱਲੇ ਨੂੰ। ਹੁਣ ਅਸੀਂ ਖੜੇ ਹਾਂ ਜੀ ਪ੍ਰਸ਼ਾਦ ਪ੍ਰਸ਼ਾਦੇ ਜਗਣ ਵਾਸਤੇ। ਹੋਰ ਕਿੱਥੇ ਚੱਲੇ? ਪਠਾਲੇ ਚੱਲੇ। ਕਿੱਥੇ? ਦਿੱਲੀ। ਉਹ ਕੀ ਆ ਦੂਜਾ ਵੜ ਗਿਆ ਕਿਧਰ ਗਿਆ ਚੱਲ ਤੂੰ ਵੀ ਚੱਲ ਗੁਰਦੁਆਰਾ ਸਾਹਿਬ ਤੇ ਕਿਉਂਕਿ ਹਜੇ ਵਜੇ ਆ ਸੁਬਾਹ ਦਾ 1 ਤੇ ਆਪਾਂ ਚੈੱਕ ਇਨ ਕਰਨਾ 7 ਵਜੇ ਤੇ 5-6 ਘੰਟੇ ਆਪਣੇ ਕੋਲ ਹੈਗੇ ਆ ਜਿੰਨਾ ਚਿਰ ਆਪਾਂ ਆਰਾਮ ਕਰਦੇ ਹਾਂ। ਲੈ ਵੀ ਜੈਕਟ ਚੱਕ ਲੈਂਦੀ ਮੇਰੀ ਚਲ ਆ ਜਾਓ ਕਰਾ ਦੀ ਚੱਲ ਕੇ ਮੈਂ ਵਲੌਗ ਸ਼ੁਰੂ ਕਰ ਲਿਆ ਅਤੇ ਪਰ ਮੈਨੂੰ ਪਤਾ ਨਹੀਂ ਲੱਗ ਰਿਹਾ ਮੈਂ ਕੀ ਬੋਲਾਂ। ਮੈਂ ਹੁਣੇ ਉੱਠਿਆ ਪੱਗ ਬੰਨਣ ਲੱਗੇ ਹੈ ਨਾ ਮੇਰੇ ਤੱਤ ਵੀ ਕੰਬੀ ਜਾਂਦੇ ਆ ਠੰਡ ਬਹੁਤ ਹਜੇ ਵੀ ਜਿਹੜੀ ਪਈ ਹੈ ਥੋੜ੍ਹੀ ਮਿਕਸ ਠੀਕ ਆ ਬਸ ਬਸ ਆਹੀ ਕਹਿਣਾ ਸੀ। ਅਨਮੋਲ ਕਹਿੰਦਾ ਵਲੌਗ ਹੀ ਬਣਾ ਲਓ ਕੰਟੈਂਟ ਹੀ ਨਾ ਘੱਟ ਜਾਏ ਕਿਤੇ। ਲੈ ਵੀ ਮਤਲਬ ਮੁੰਡੇ ਕਹਿੰਦੇ ਪਹੁੰਚ ਗਏ ਟਿੱਚੀ ਲੈ ਕੇ ਅਤੇ ਹੁਣ ਜੱਸੂ ਗਿਆ ਰੇਹੜੀ ਲੈਣ ਕਹਿੰਦੇ ਚੱਲਾਂ ਮੈਂ ਰੇਹੜੀ ਤੁਸੀਂ ਲਈ ਜਾਂਦੇ ਯਾਰ ਫੀਲਿੰਗ ਤਾਂ ਲੈ ਸਕਦਾ ਬੰਦਾ ਮੈਨੂੰ ਤਾਂ ਫੀਲਿੰਗ ਵੀ ਨਹੀਂ ਲੈ ਦਿੰਦੇ ਮੈਂ ਤਾਂ ਹਜੇ ਤੱਕ ਕੋਈ ਬਾਹਰ ਜਾਣਦੇ ਉਹ ਵੀ ਕਰਦਾ ਮੈਂ ਤਾਂ ਕੀ ਪਤਾ ਜਹਾਜ਼ 'ਚ ਬਹਿ ਕੇ ਆਵੇ ਹੈ ਨਾ ਯਾਰ ਬਸ ਸਹੀ ਇੱਥੇ ਕਰ ਲਾ ਵਿੱਚ ਲਈ ਜਾਂਦਾ ਉਹੀ ਤਾਂ ਗੱਲ ਹੈ ਮਾੜੇ ਡਰਾਈਵਰ ਲਓ ਵੀ ਮਤਲਬ ਬੋਰਡਿੰਗ ਪਾਸ ਆਪਾਂ ਨੂੰ ਮਿਲ ਗਿਆ ਅਤੇ ਹੁਣ ਕਿਹੜਾ ਆਪਾਂ ਜਾਣਾ ਗੇਟ 1 'ਚ ਅਤੇ ਬਾਕੀ ਉੱਥੇ ਹੁਣ ਜਾ ਕੇ ਉਹ ਵੀ ਆਪਣੀ ਜਹਾਜ਼ ਇੰਟਰਵਿਊ ਨੇ ਜਾ ਕੇ ਅਤੇ ਬਾਕੀ ਇੱਕ ਆਪਣਾ ਇੱਥੇ ਬਾਈ ਮਿਲਿਆ ਸੀ ਉਹ ਵੀ ਹਜੇ ਆਉਂਦਾ ਅਤੇ ਸਾਥੀ ਮਿਲ ਗਿਆ ਇੱਥੇ ਆਪਾਂ ਨੂੰ ਅਤੇ ਕਿਹੜਾ ਹੁਣ ਚੱਲਦੇ ਹਾਂ ਆਪਾਂ ਇੰਨੇ ਜਾ ਕੇ ਅਤੇ ਲਓ ਵੀ ਮਤਲਬ ਅਤੇ ਹੁਣ ਚੱਲਦੇ ਹਾਂ ਆਪਾਂ ਜਹਾਜ਼ 'ਚ ਅਤੇ ਹੁਣ ਇੱਥੋਂ ਬਹਿ ਗਏ ਅਤੇ ਹੁਣ ਦਿੱਲੀ ਨੂੰ ਚੱਲਣਾ ਸਿੰਗਾਪੁਰ ਸਟੇ ਆ ਆਪਣਾ ਘੰਟੇ ਕੁ ਦਾ ਅਤੇ ਕਿਹੜਾ ਚੱਲਦੇ ਅੰਦਰ ਇਹਨੇ ਅਤੇ ਬੋਰਡਿੰਗ ਪਾਸ ਹੋ ਗਿਆ ਆਪਣਾ ਪਰ ਆਪਣਾ ਜਹਾਜ਼ ਆ ਹੈ ਇੰਡੀਗੋ ਦੋਵੇਂ। ਹੈਲੋ ਜੀ ਗੁੱਡ ਮੋਰਨਿੰਗ ਜੀ ਥੈਂਕ ਯੂ ਜੀ। ਲਓ ਵੀ ਮਤਰੋ ਹੋ ਗਈ ਆਪਣੀ ਐਂਟਰੀ ਲਓ ਵੀ ਮਤਰੋ ਆ ਗਏ ਗ੍ਰਾਂਦਰ ਅਤੇ ਹੁਣ ਆਪਾਂ ਗ੍ਰਾਂਦ ਦੀ ਸੀਟ ਲੱਭ ਲਈਏ ਅਤੇ ਫਿਰ ਬਹਿੰਦੇ ਹਾਂ ਗ੍ਰਾਂਦ ਦੀ ਹਜੇ ਤਾਂ ਖਾਲੀ ਸਰ
अगर विमान को पानी पर उतरना पड़े तो सीट के नीचे रखी रक्षा जैकेट को पाउच से निकाले और इस तरह सर के ऊपर से पहन ले। अब स्ट्रैप को सामने से बकल में डालें और एडजस्ट करें। रक्षा जैकेट को फुलाने के लिए लाल टैब्स या टैब को ऐसे खींचे।
1 hour later. ਟਰੋਲੀ ਫਰੇਟ ਚ ਪਾ ਕੇ ਤੇ ਯਾਰ ਪਿਛਲੇ ਜਹਾਜ਼ ਆਪਾਂ ਨੂੰ ਜਮਾਂ ਲਾਸਟ ਸੀਟ ਮਿਲੀ ਸੀ ਤੇ ਇਹਦੇ ਜਮਾਂ ਫਸਟ ਲੱਗ ਗਈ ਆਪਾਂ ਨੂੰ। ਲਓ ਵੀ ਮਤਲਬ ਵਿੱਚ ਕਹਿੰਦੇ ਆਹ ਵੀ ਦੀ ਬੈਠੇ ਯਾਰ ਇਹ ਸਿੱਧਾ ਪਸੰਦ ਨਹੀਂ ਹੁੰਦਾ ਕਿਹੜਾ ਬਟਨ ਤਾਂ ਇੱਧਰ ਆ ਦੇ। ਓਕੇ ਠੀਕ ਹੈ ਹਿਸਾਬ ਆਇਆ ਵਧੀਆ ਨਵੇਂ ਤਾਂ ਨਾਲ ਜਾਣ ਵਾਲਾ ਹੈੱਡਫੋਨ ਵੀ ਦਿੱਤੇ ਕਹਿੰਦੇ ਅਤੇ ਯਾਰ ਹੋਣੀ ਹੁਣ ਦੇਖਣ ਲੱਗੇ ਖੜਮਾ ਅਤੇ ਬਾਕੀ ਹੁਣ ਆਪਾਂ ਮਿਲਦੇ ਹਾਂ ਸਟੇਜ ਗਏ ਜਾ ਕੇ। ਲਓ ਵੀ ਮਤਲਬ ਅੱਜ ਖਾਣ ਲੱਗੇ ਰਾਤ ਦੀ ਰੋਟੀ ਬਣੇ ਕਹਿੰਦੇ ਕੋਕ ਨਾਲ ਅਤੇ ਬਾਕੀ ਆਪਣਾ ਰਹਿ ਗਿਆ ਥੋੜ੍ਹਾ ਕੁ 3 ਘੰਟੇ ਦਾ ਸਫ਼ਰ ਰਹਿ ਗਿਆ ਬਸ ਅਤੇ ਹੁਣ ਜਿਹੜਾ ਕਰ ਲਈਏ ਜੇ ਫਿਰ ਆਪਾਂ ਪਹੁੰਚ ਜਾਵਾਂਗੇ ਉੱਥੇ 3 ਘੰਟੇ ਤੱਕ। ਅਤੇ ਲਓ ਵੀ ਮਤਲਬ ਆਪਾਂ ਪਹੁੰਚ ਗਏ ਹਾਂ ਆਸਟ੍ਰੇਲੀਆ ਅਤੇ ਹੁਣ ਕਿਹੜਾ ਇੱਥੇ ਇਮੀਗ੍ਰੇਸ਼ਨ ਪਾਸ ਕਰਦੇ ਹਾਂ ਕਿਹੜਾ ਅਤੇ ਆਸਟ੍ਰੇਲੀਆ ਆਪਾਂ ਲੈਂਡ ਹੋ ਗਏ ਹੁਣੇ ਹੁਣੇ ਜਹਾਜ਼ 'ਚ ਉੱਤਰੇ ਅਤੇ ਕੀ ਕਿਹੜਾ ਮਹੀਨੇ ਜਾਵਾਂਗੇ ਕੀ ਬਣਦਾ ਜੀ। ਅਤੇ ਲਓ ਵੀ ਮਤਲਬ ਪਹੁੰਚ ਗਏ ਆਪਾਂ ਆਸਟ੍ਰੇਲੀਆ ਅਤੇ ਹੁਣ ਕਿਹੜਾ ਦੀ ਲਾਉਣੇ ਆ ਬਾਈ ਨੂੰ ਫੋਨ ਜਿਹਨੇ ਆਪਾਂ ਲੈਣ ਆਉਣਾ ਸੀ ਅਤੇ ਇੱਥੇ ਯਾਰ ਵਾਈਫਾਈ ਵੀ ਨਹੀਂ ਚੱਲਦਾ ਹਜੇ ਅਤੇ ਰੇਂਜ ਨਹੀਂ ਆਉਂਦੀ ਕੋਈ ਰਹਿਣਾ ਕਰਦੇ ਜੀ ਗੱਡ ਫੋਨ ਲਾਉਣ ਦਾ ਅਤੇ ਫਿਰ ਬਾਕੀ ਹੁਣ ਫਿਰ ਮਿਲਦੇ ਹਾਂ ਆਪਾਂ ਅਗਲੇ ਵਲੋਗ 'ਚ ਆਹ ਵਲੋਗ ਇੱਥੇ ਤੱਕ ਹੀ ਅਗਲੇ ਵਲੋਗ 'ਚ ਮਿਲਦੇ ਹਾਂ ਆਪਾਂ।